तन सोवेला जित दर्शन करना सतगुर चरणा सतगुर चरणा हाँ बलहारी सतगुर चरणा सतगुर चरणा। मेरे ख्याल च सारे समझ गए होंगे, सारी गल प्यार दी चल रही है और 5 जनवरी 2017 नूं साडे पिता जी का 350 साल आगमन दिन आ रहा है धन गुरु गोबिंद सिंह महाराज का, जो टोटल वर्ल्ड जेड़ा है इनू श्रद्धा भावना नाल मना रहा है। 5 जनवरी 2017 बड़े बड़े वड्डे समागम तखत श्री हरिमंदर पटना साहब वालों उलीके गए ने। कई लोग ट्रेना खड़ रहे हैं पटना साहब, कई बसा खड़ रहे हैं और अनेकां तरह के कीर्तन दरबार ਆਲ ਇੰਡੀਆ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਵੀ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਸਮਾਗਮ ਰੱਖੇ ਗਏ ਹੈ। 10 ਅਕਤੂਬਰ 'ਚ ਵੀ ਜਾ ਰਹੇ ਹਾਂ, ਨਵੰਬਰ 'ਚ ਵੀ, ਸ਼ਾਇਦ ਦਸੰਬਰ 'ਚ ਵੀ। ਮੇਨ ਦਿਨ 5 ਜਨਵਰੀ 2017 ਅਤੇ ਐਂ ਸਮਝ ਲਓ ਕਿ ਲਖਨਊ ਦੇ ਦੀਵਾਨ ਵੀ ਇਹ 350 ਸਾਲ ਆਗਮਨ ਦਿਨ ਨੂੰ ਸਮਰਪਿਤ ਨੇ ਅਤੇ ਸਭ ਤੋਂ ਪਹਿਲਾਂ ਗੁਰੂ ਰਾਮਦਾਸ ਦੀ ਨਗਰੀ ਤੋਂ ਆਇਆ ਸਾਰਾ ਜਥਾ ਲਖਨਊ ਦੀਆਂ, ਇਹ ਮੈਂ ਬਿਲਕੁਲ ਅੰਦਰੋਂ ਕਹਿ ਰਿਹਾ, ਲਖਨਊ ਦੀਆਂ ਸਾਰੀਆਂ ਸੰਗਤਾਂ ਦੇ ਚਰਨਾਂ 'ਤੇ ਇਹ ਸਾਰਾ ਜਥਾ ਮੱਥਾ ਟੇਕਦਾ ਜੀ, ਪ੍ਰਵਾਨ ਕਰੇ। ਔਰ ਮੈਂ ਵੇਖ ਰਿਹਾ ਜਿੰਨੀ ਸੰਗਤ ਹਾਲ 'ਚ ਬੈਠੀ ਹੈ ਤਕਰੀਬਨ ਸੰਗਤ ਦਾ ਬਹੁਤ ਸਾਰਾ ਹਿੱਸਾ ਬਾਹਰ ਬੈਠਾ, ਇੱਧਰੋਂ ਦੀ ਲੰਘਾ ਰਹੇ ਸੀ ਅਤੇ ਮੈਂ ਸਮਝਦਾ ਬਸ ਇੱਧਰ ਬੈਠੀ ਜਾ ਰਹੇ ਆ। ਮੈਂ ਬਾਅਦ 'ਚ ਗੇਟ ਵੇਖਿਆ ਵੀ ਇੱਧਰੋਂ ਬਾਹਰ ਭੇਜੀ ਜਾ ਰਹੇ ਫਿਰ, ਅਤੇ ਜਿਹੜੀਆਂ ਸੰਗਤਾਂ ਬਾਹਰ ਬੈਠੀਆਂ ਉਹਨਾਂ ਲਈ ਮੈਂ ਇੱਕ ਮਿੰਟ ਬੋਲ ਰਿਹਾ ਕਿ ਬਾਈ ਚਾਂਸ ਤੁਹਾਡੀ ਇਕਾਗਰਤਾ ਵਿੱਚ ਫਰਕ ਨਾ ਆ ਜੇ, ਭਾਵੇਂ ਬਾਹਰ ਜਗ੍ਹਾ ਮਿਲੀਏ ਪਰ ਭਾਵਨਾ ਪੂਰੀ ਇਕਾਗਰਤਾ ਲਈ ਰੱਖਣੀ ਹੈ ਕਿ ਭਾਵੇਂ ਬਾਹਰ ਬੈਠੇ ਹਾਂ ਪਰ ਬਾਜਾਂ ਵਾਲਾ ਸਾਨੂੰ ਬਾਹਰ ਵੀ ਵੇਖ ਰਿਹਾ ਹੈ ਅਤੇ ਇਕਾਗਰਤਾ ਦੇ ਵਿੱਚ ਆਨੰਦ ਹੈ, ਆਏ ਹਾਂ ਕੁਝ ਲੈ ਕੇ ਜਾਈਏ। ਅੱਜ ਦਾਸ ਦਾ ਮਨ ਨੇ ਅੱਜ ਇੱਥੇ ਲਖਨਊ 'ਚ ਬੈਠਿਆਂ ਬੈਠਿਆਂ ਮਨ ਦੀ ਭਾਵਨਾ ਬਣੀ ਹੈ ਕਿ ਸਾਰੀ ਸੰਗਤ ਇੱਥੇ ਲਖਨਊ ਬੈਠੇ ਬੈਠੇ ਅੱਜ ਕੀਰਤਨ ਦੇ ਵਿੱਚ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਯਾਤਰਾ ਕਰਕੇ ਆਈਏ। ਮਹਾਰਾਜ ਦਾ ਆਗਮਨ ਵੀ ਉੱਥੇ ਹੋਇਆ ਅਤੇ 4th ਅਰਧ ਸ਼ਤਾਬਦੀ 5 ਜਨਵਰੀ 2017 ਨੂੰ ਆ ਰਹੀ ਹੈ ਅਤੇ ਸਾਰੇ ਕੀਰਤਨ 'ਚ ਬੈਠਿਆਂ ਬੈਠਿਆਂ ਹਾਜ਼ਰੀਆਂ ਲੱਗ ਜਾਣ ਸੁਰਤੀ ਦੇ ਨਾਲ, ਗੱਜ ਕੇ ਆਖੋ ਸਤਨਾਮ। ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਵਿਖੇ ਲਿਜਾਓ ਸੁਰਤੀ ਸਾਰੇ ਪਟਨਾ ਸਾਹਿਬ 2 ਮਿੰਟ ਲਈ। ਜਿੱਤ ਜਾਏ ਬਗੇ ਮੇਰਾ ਸਤਿਗੁਰੁ ਜਾਏ ਬਗੇ ਮੇਰਾ ਸਤਿਗੁਰੁ
ਜਾਏ ਬਹੇ ਮੇਰਾ ਸਤਿਗੁਰ ਸੋ ਥਾਨ ਸੁਹਾਵਾ ਰਾਮ ਰਾਜੇ ਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁਕਦਾ ਵਾ ਗੁਰਸਿੱਖਾਂ ਕੀ ਕਾਲ ਥਾਂ ਪਈ ਜਿਨ ਹਰ ਨਾਮ ਜਿਨ ਨਾਨਕ ਸਤਿਗੁਰ ਪੂਜਿਆ ਜਿਨ ਹਰ ਪੂਜ ਕਰਾਵਾ ਜਿੱਥੇ ਜਾਏ ਬਹੇ ਮੇਰਾ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਸਾ ਧਰਤੀ ਪਈ ਹਰਿਆਵਲੀ ਲੈ ਜੋ ਬਿਰਤੀ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਜਿੱਥੇ ਮੇਰਾ ਸਤਿਗੁਰ ਜਿੱਥੇ ਮੇਰਾ ਸਤਿਗੁਰ ਤੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਹਾਂਜੀ ਜਿੱਥੇ ਜਾਏ ਬਹੇ ਮੇਰਾ ਸਤਿਗੁਰ ਇਹਦਾ ਵੀ ਮਾਤਮ ਜੇ ਇੰਨੀ ਗੱਲ ਤੁਹਾਨੂੰ ਕਹੀ ਨਾ ਅੱਜ ਲਖਨਊ ਬੈਠੇ ਹਾਂ ਸੁਰਤੀ ਲੈ ਜਾਓ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਤੇ ਇਹਦਾ ਵੀ ਮਹਾਤਮ ਜੇ ਸੁਰਤੀ ਦੀ ਹਾਜ਼ਰੀ ਵੀ ਪਹੁੰਚਦੀ ਹੈ ਗੱਜ ਕੇ ਆਖੋ ਸਤਨਾਮ ਪ੍ਰਵਾਨ ਹੈ ਰਸ ਜ਼ਿਆਦਾ ਸਾਡੇ ਦੀਵਾਨ ਸੀ ਦੇਹਰਾਦੂਨ ਦੋ ਦੀਵਾਨ ਘਰਾਂ ਗੁਰਦੁਆਰੇ ਸੀ ਇੱਕ ਘਰ ਵਿੱਚ ਉਹ ਬੱਚੇ ਦਾ ਜਨਮ ਦਿਨ ਉਹਨਾਂ ਦਾ ਮਨ ਸੀ ਵੀ ਸੰਗਤ ਦੀ ਖੁਸ਼ੀ ਲੈ ਕੇ ਮਨਾਈਏ ਆ ਦੂਜੇ ਢੰਗ ਨਾਲ ਨਾ ਮਨਾਈਏ ਦੋ ਗੁਰਦੁਆਰਿਆਂ 'ਚ ਦੀਵਾਨ ਸੀ ਅਤੇ ਉਹ ਜਿਨ੍ਹਾਂ ਦੇ ਘਰ ਦੀਵਾਨ ਸੀ ਅਗਲੇ ਦਿਨ ਨਾ ਅਸੀਂ ਦਿੱਲੀ ਜਾਣਾ ਸੀ ਦਿੱਲੀ ਤੋਂ ਗਾਂ ਫਿਰ ਭੋਪਾਲ ਅਤੇ ਮੈਨੂੰ ਹਵਾਈ ਅੱਡੇ 'ਤੇ ਛੱਡਣ ਜਾ ਰਿਹਾ ਉਹ ਸੱਜਣ ਜਿਹਦੇ ਘਰ ਰਾਤੀ ਦੀਵਾਨ ਲੱਗੇ ਉੱਥੋਂ ਕੋਈ 50 ਮਿੰਟ ਦਾ ਰਾਹ ਜੀ ਅਤੇ ਕਾਰ ਚਲਾ ਰਿਹਾ ਮੈਂ ਨਾਲ ਬੈਠਾ ਮਗਰ ਜਥਾ ਬੈਠਾ ਅਤੇ ਕਾਰ ਚਲਾਉਂਦਿਆਂ ਮੈਨੂੰ ਕਹਿੰਦਾ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੈਂ ਕਿਹਾ ਠੀਕ ਹੈ ਜੀ ਮੈਨੂੰ ਕਹਿੰਦਾ ਮੇਰੀ ਰੂਟੀਨ ਹੈ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਮੈਂ 30 ਮਿੰਟ ਵਾਹਿਗੁਰੂ ਦਾ ਜਾਪ ਕਰਦਾ 30 ਮਿੰਟ ਸਿਮਰਨ ਕਰਦਾ ਵਾਹਿਗੁਰੂ ਦਾ ਜਾਪ ਕਮਰੇ 'ਚ ਮੈਂ ਕਿਹਾ ਜੀ ਠੀਕ ਹੈ ਕਹਿੰਦਾ ਮੈਂ ਇੱਕ ਗੱਲ ਪੁੱਛਣੀ ਤੁਹਾਡੇ ਕੋਲੋਂ ਵੀ ਮੈਂ ਗਲਤੀ ਤਾਂ ਨਹੀਂ ਕਰ ਰਿਹਾ ਮੈਂ ਕਿਹਾ ਦੱਸੋ ਕੀ ਪੁੱਛਣਾ ਕਹਿੰਦਾ ਮੈਂ ਆਪਣੇ ਘਰ ਗੁਰੂ ਸਾਹਿਬ ਦੇ ਕਮਰੇ 'ਚ 30 ਮਿੰਟ ਵਾਹਿਗੁਰੂ ਸਿਮਰਨ ਦਾ ਜਾਪ ਕਰਦਾ ਅਤੇ ਮੇਰੇ ਨਾਲ ਇੰਝ ਹੋਣ ਲੱਗ ਪਿਆ ਕਿ ਜਦੋਂ ਮੈਂ ਵਾਹਿਗੁਰੂ ਸਿਮਰਨ ਸ਼ੁਰੂ ਕਰਨਾ 2 ਕੁ ਮਿੰਟ ਮੇਰਾ ਮਨ ਜੁੜਨਾ ਅਤੇ 2 ਮਿੰਟ ਬਾਅਦ ਨਾ ਮਨ ਵਿੱਚੋਂ ਨਿਕਲ ਕੇ ਚਲੇ ਜਾਣਾ ਅੱਜ ਫਲਾਣੇ ਦਾ ਚੈੱਕ ਆਉਣਾ ਆਖੋ ਸਤਨਾਮ ਅੱਜ ਫਲਾਣੇ ਦੀ ਪੇਮੈਂਟ ਦੇਣੀ ਹੈ ਮਾਲ ਭੇਜਣਾ ਪਤਾ ਨਹੀਂ ਕਾਰੀਗਰ ਛੁੱਟੀ ਨਾ ਕਰ ਜਾਣ ਦੇਖੋ ਗੱਲ ਉਹਨੇ ਬੜੀ ਵਧੀਆ ਕਹੀ ਮਨ ਨਿਕਲ ਜਾਣਾ ਸਰੀਰ ਗੁਰੂ ਸਾਹਿਬ ਦੇ ਕਮਰੇ 'ਚ ਮਨ ਵਿੱਚੋਂ ਕਦੀ ਕਾਰਖਾਨੇ ਕਦੀ ਕਾਰੀਗਰਾਂ 'ਚ ਕਦੀ ਚੈੱਕਾਂ 'ਚ ਕਦੀ ਬੈਂਕਾਂ 'ਚ ਕਦੀ ਕਿੱਧਰ
ਉਹਨੇ ਆਪਣੀ ਵੀਕਨੈਸ ਦੱਸੀ। ਬੈਠਾ ਮੈਂ ਗੁਰੂ ਸਾਹਿਬ ਦੇ ਕਮਰੇ ਚ, ਜਾਪ ਸ਼ੁਰੂ ਕੀਤਾ, ਇੱਕ ਦੋ ਮਿੰਟ ਮਨ ਜੁੜਿਆ, ਉਹਦੇ ਬਾਅਦ ਮਨ ਵਿੱਚੋਂ ਉਡਾਰੀ ਮਾਰ ਗਿਆ। ਕਦੀ ਮਨ ਚਲਾ ਗਿਆ ਕਾਰਖਾਨੇ, ਕਦੀ ਕਾਰੀਗਰਾਂ, ਕਦੀ ਮਾਲ, ਕਦੀ ਵਪਾਰੀਆਂ ਦੇ ਚੈੱਕ। ਕਹਿੰਦਾ ਮੈਂ ਬੜਾ ਦੁਖੀ ਹੋ ਗਿਆ, ਕੀ ਕਰਾਂ ਵੀ ਟਾਈਮ ਵੀ ਜਿਹੜਾ ਦੇਣਾ ਪਰ ਆਹ ਵਿੱਚੋਂ ਨਿਕਲ ਜਾਂਦਾ। ਕਹਿੰਦਾ ਮੈਂ ਇੱਕ ਕੰਮ ਕੀਤਾ, ਗਲਤ ਤਾਂ ਨਹੀਂ ਕਰ ਰਿਹਾ? ਮੈਂ ਕਿਹਾ ਜੀ ਕੀ ਕੀਤਾ? ਕਹਿੰਦਾ ਜਦੋਂ ਮਨ ਵਿੱਚੋਂ ਨਿਕਲ ਜਾਂਦਾ ਸੀ, ਮਨ ਪਰੇਸ਼ਾਨ ਹੁੰਦਾ ਸੀ, ਰਸ ਨਹੀਂ ਆਇਆ, ਕਹਿੰਦੇ ਫਿਰ ਮੈਂ ਆਹ ਕੰਮ ਕੀਤਾ ਵੀ ਆਪਣੇ ਘਰ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਜਾਣਾ, ਮੱਥਾ ਟੇਕ ਕੇ ਜਦੋਂ ਮੈਂ ਵਾਹਿਗੁਰੂ ਸਿਮਰਨ ਸ਼ੁਰੂ ਕਰਦਾ, ਤੇ ਕਹਿੰਦੇ ਵੀ ਮੈਂ ਆਹ ਕੰਮ ਸ਼ੁਰੂ ਕੀਤਾ ਕਿ ਆਪਣੇ ਮਨ ਨੂੰ ਬੈਠਾ ਦੇਹਰਾਦੂਨ ਆਪਣੇ ਘਰ ਗੁਰੂ ਸਾਹਿਬ ਦੇ ਕਮਰੇ ਚ, ਤੇ ਕਹਿੰਦਾ ਮੈਂ ਆਪਣੇ ਮਨ ਨੂੰ ਉਹ ਅੱਧਾ ਘੰਟਾ ਪੰਜਾਂ ਤਖਤਾਂ ਤੇ ਯਾਤਰਾ ਕਰਵਾ ਕੇ ਲਿਆਉਣਾ। ਗੱਲ ਸੁਣਿਓ ਦੀ ਜੀ, ਮਨ ਨੂੰ ਅੱਧਾ ਘੰਟਾ ਪੰਜਾਂ ਤਖਤਾਂ ਤੇ ਨਾ ਵਾਰੀ ਵਾਰੀ ਯਾਤਰਾ, ਸੁਰਤੀ ਦੀ ਹਾਜ਼ਰੀ। ਗੱਲ ਸੁਰਤੀ ਤੋਂ ਚੱਲੀ, ਅਜੇ ਨਾ ਸਮਝੇ ਹੋ ਤੇ ਸੁਣਿਓ ਧਿਆਨ ਨਾਲ। ਬੈਠਾ ਦੇਹਰਾਦੂਨ ਹੈ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਤੇ ਇੱਕ ਦੋ ਮਿੰਟ ਵਾਹਿਗੁਰੂ ਜਪਿਆ ਤੇ ਹੁਣ ਉਹ ਮਨ ਲੈ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ। ਆ ਤੁਸੀਂ ਇੱਕ ਮਿੰਟ ਲੈ ਜਾਓ ਅਕਾਲ ਤਖ਼ਤ ਸਾਹਿਬ। ਥੜਾ ਬਣਿਆ, ਮੱਥਾ ਟੇਕਿਆ, ਖੱਬੇ ਹੱਥ ਪੌੜੀ ਹੈ, ਜੇ ਮੂੰਹ ਅਕਾਲ ਤਖ਼ਤ ਵੱਲ ਹੋਵੇ ਪੌੜੀ। ਹੁਣ ਮਨ ਲੈ ਗਿਆ, ਵਾਹਿਗੁਰੂ ਚੱਲੀ ਜਾ ਰਿਹਾ ਵੀ ਪੌੜੀ ਚੜ੍ਹੀ ਹੈ, ਉੱਤੇ ਸੋਨੇ ਦੀ ਪਾਲਕੀ ਹੈ, ਤੁਸੀਂ ਵੇਖਿਆ ਕਾ ਉਹਦੇ ਸ਼ਸਤਰ ਨੇ, ਦਰਸ਼ਨ ਕੀਤੇ ਸ਼ਸਤਰਾਂ ਦੇ, ਸਾਡੇ ਪਿਤਾ ਜੀ ਦੇ ਇਤਿਹਾਸਕ ਸ਼ਸਤਰ। ਮੱਥਾ ਟੇਕਿਆ, ਜਿਸ ਪਲੰਗ ਤੇ ਸਤਿਗੁਰੂ ਕੋਠਾ ਸਾਹਿਬ ਵਿਰਾਜਮਾਨ ਹੁੰਦੇ ਨੇ ਹਰਿਮੰਦਰ ਸਾਹਿਬ ਤੋਂ, ਉੱਥੇ ਮੱਥਾ ਟੇਕਿਆ। ਇਹ ਮਨ ਯਾਤਰਾ ਕਰਾ ਰਹੇ, ਨਾਲ ਵਾਹਿਗੁਰੂ ਚੱਲਦਾ ਪਿਆ। ਅਕਾਲ ਤਖ਼ਤ ਮੈਂ ਇੱਕ ਦੋ ਮਿੰਟ ਬੈਠਾ ਵਾਂ, ਫਿਰ ਪਰਲੀ ਪੌੜੀ ਥਾਣੀ ਥੱਲੇ ਉਤਰ ਆਇਆ। ਹੁਣ ਉੱਥੋਂ ਦਰਸ਼ਨ ਮੇਲੇ ਕੀਤੇ ਤੇ ਬਿਰਤੀ ਲੈ ਗਿਆ ਆਪਣਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਆਖੋ ਸਤਨਾਮ। ਉੱਥੇ ਸਾਰਾ ਮੱਥਾ ਟੇਕਿਆ, ਦਰਸ਼ਨ ਕੀਤੇ ਹੈ, ਇੱਧਰੋਂ ਪੌੜੀ ਚੜ੍ਹਿਆ, ਇੱਧਰੋਂ ਉਤਰਿਆ, ਅਤੇ ਹੁਣ ਬਿਰਤੀ ਲੈ ਗਿਆ ਤਖ਼ਤ ਸ੍ਰੀ ਆਪਣਾ ਸਾਬੋ ਕੀ ਤਲਵੰਡੀ, ਸਾਡਾ ਤਖ਼ਤ ਦਮਦਮਾ ਸਾਹਿਬ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੀਸ਼ਾ, ਜਿਸ ਸ਼ੀਸ਼ੇ 'ਤੇ ਬਚਨ ਕੀਤਾ ਧਰਤੀ 'ਤੇ ਕਿਸੇ ਨੂੰ ਲਕਵਾ ਹੋ ਜਾਏਗਾ, ਪੰਦਰਾਂ ਪੰਦਰਾਂ ਮਿੰਟ ਤਿੰਨ ਦਿਨ ਸ਼ੀਸ਼ੇ ਸਾਹਮਣੇ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦਾ ਲਕਵਾ ਰਾਜੀ ਹੋਏਗਾ। ਅਤੇ ਉਹ ਤਖ਼ਤ ਬੜਾ ਉੱਚਾ ਜੀ, ਅਤੇ ਪ੍ਰਕਾਸ਼ 'ਤੇ ਉਹ ਸ਼ੀਸ਼ਾ ਥੱਲੇ ਥੰਮ ਦੇ ਨਾਲ ਰੱਖਿਆ ਹੁੰਦਾ, ਲਾਈਨ ਲੱਗੀ ਹੁੰਦੀ ਹੈ ਬਈ। ਉਹ ਬਿਰਤੀ ਉੱਥੇ ਲੈ ਗਏ, ਸ਼ੀਸ਼ੇ ਦੇ ਵੀ ਦਰਸ਼ਨ ਕੀਤੇ, ਮਹਾਰਾਜ ਨੇ ਜਿਹਨੂੰ ਬਚਨ ਕੀਤਾ, ਮੱਥਾ ਵੀ ਟੇਕਿਆ, ਦੋ ਮਿੰਟ ਬੈਠਾ ਵਾਂ, ਵਾਹਿਗੁਰੂ ਵਾਹਿਗੁਰੂ ਚੱਲਦਾ ਪਿਆ ਦੇਹਰਾਦੂਨ ਕਮਰੇ 'ਚ, ਮਨ ਸੁਰਤੀ ਉੱਥੇ ਲੈ ਗਿਆ, ਹਾਜ਼ਰੀ ਲਾਈਏ। ਕਹਿੰਦਾ ਹੁਣ ਬਿਰਤੀ ਲੈ ਗਿਆ ਮੈਂ ਪਟਨਾ ਸਾਹਿਬ, ਆਖੋ ਸਤਨਾਮ। ਚੌਥਾ ਤਖ਼ਤ ਸਾਡਾ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ, ਮੱਥਾ ਟੇਕਿਆ, ਪਰਿਕਰਮਾ ਕੀਤੀ ਹੈ, ਰਾਗੀ ਸੰਕੀਰਤਨ ਕਰ ਰਹੇ ਹੈ, ਉੱਥੇ ਸਤਿਗੁਰ ਦਾ ਸਰੂਪ ਵੀ ਲੱਗਾ, ਦਰਸ਼ਨ ਕੀਤੇ ਹੈ। ਕਹਿੰਦਾ ਫਿਰ ਮੈਂ ਬਿਰਤੀ ਲੈ ਜਾਂਦਾ ਵਾਂ ਪੰਜਵਾਂ ਤਖ਼ਤ, ਇੱਕ ਵਾਰੀ ਸੀਸ ਝੁਕਾਓ ਸ੍ਰੀ ਹਜ਼ੂਰ ਸਾਹਿਬ, ਆਓ ਚੱਲ ਨਗਰ, ਆਹ ਨਾਂਦੇੜ ਤਖ਼ਤ ਸ੍ਰੀ ਹਜ਼ੂਰ ਸਾਹਿਬ। ਮੈਂ ਬਿਰਤੀ ਲੈ ਗਿਆ, ਦਰਸ਼ਨ ਕੀਤੇ, ਅੰਦਰ ਗਿਆ, ਸ਼ਸਤਰਾਂ ਦੇ ਦਰਸ਼ਨ ਪਰਿਕਰਮਾ ਕੀਤੀ ਹੈ, ਇਸ ਤਰ੍ਹਾਂ ਕੀਰਤਨ ਹੋ ਰਿਹਾ, ਨਿਸ਼ਾਨ ਸਾਹਿਬ ਕੋ ਮੱਥਾ ਟੇਕਿਆ, ਫਲਾਣੀ ਜਗ੍ਹਾ ਨਮਸਕਾਰ ਕੀਤੀ ਹੈ, ਦੇਖ ਸੁਰਤੀ। ਗੱਲ ਸਮਝਿਓ, ਇਹ ਮੈਨੂੰ ਉਹ ਸੱਜਣ ਆਪਣੀ ਇੱਕ ਗੱਲ ਸੁਣਾ ਰਿਹਾ। ਕਹਿੰਦਾ ਫਿਰ ਹਜ਼ੂਰ ਸਾਹਿਬ ਤੋਂ ਜਦੋਂ ਮੈਂ ਦਰਸ਼ਨ ਕਰ ਲਏ ਪੰਜਵੇਂ ਤਖ਼ਤ ਦੇ, ਕਹਿੰਦਾ ਵਾਹਿਗੁਰੂ ਵਾਹਿਗੁਰੂ ਚੱਲੀ ਜਾ ਰਿਹਾ, ਸਿਰਫ ਮਨ ਨੂੰ ਸੁਰਤੀ ਨਾਲ ਪੰਜਾਂ ਤਖ਼ਤਾਂ ਦੀ ਯਾਤਰਾ। ਅਤੇ ਕਹਿੰਦਾ ਫਿਰ ਮੈਂ ਉਹਨੇ ਚਿਰ ਨੂੰ, ਕਹਿੰਦਾ ਤੀਹ ਮਿੰਟ ਤਕਰੀਬਨ ਹੋ ਜਾਂਦੇ ਹੈ ਸਾਰੇ, ਅਤੇ ਇੱਧਰ ਵਾਹਿਗੁਰੂ ਵਾਹਿਗੁਰੂ ਮੇਰਾ ਚੱਲਦਾ ਰਹਿੰਦਾ, ਅਤੇ ਮਨ ਜਿਹੜਾ ਉਹ ਨਾਲ ਵਾਹਿਗੁਰੂ ਵਾਹਿਗੁਰੂ ਜਪਦੇ ਹੋਏ ਪੰਜਾਂ ਤਖ਼ਤਾਂ ਦੀ ਨਾ ਯਾਤਰਾ ਕਰਕੇ ਆਉਂਦਾ। ਅਤੇ ਕਹਿੰਦਾ ਫਿਰ ਮੈਂ ਆਪਣੇ ਬਿਰਤੀ ਦੇਹਰਾਦੂਨ ਲੈਣਾ, ਆਪਣੇ ਘਰ ਜਿੱਥੇ ਪ੍ਰਕਾਸ਼ ਹੈ,
ਉੱਥੇ ਫਿਰ ਭਾਵਨਾ ਨਾਲ ਗੁਰੂ ਗੋਬਿੰਦ ਸਿੰਘ ਬੈਠੇ ਤੇ ਵਾਹਿਗੁਰੂ ਵਾਹਿਗੁਰੂ ਜਪਦੇ ਆ, ਫਿਰ ਮੇਰੇ 30 ਮਿੰਟ ਪੂਰੇ ਹੋ ਜਾਂਦੇ। ਜੋ ਅਗਲਾ ਮੈਂ ਨੇਮ ਜਾਂ ਕਾਰਜ ਕਰਨਾ ਹੁੰਦਾ ਉਹ ਗੱਡੀ ਚਲਾਉਂਦੇ ਆ, ਔਰ ਉਮਰ ਉਹਦੀ 60 ਸਾਲ ਦਾ ਬਜ਼ੁਰਗ, 50-60 ਸਾਲ ਦਾ ਗੱਡੀ ਚਲਾ ਰਿਹਾ ਸੀ, ਛੱਡਣ ਜਾ ਰਿਹਾ ਸੀ ਭਾਈ, 55 ਸਾਲ 60 ਸਾਲ ਦੀ ਉਮਰ, ਤੇ ਮੈਨੂੰ ਸਾਰੀ ਗੱਲ ਸੁਣਾ ਕੇ ਨਾ ਬਿਲਕੁਲ ਅੰਦਰ ਸਾਦਾਪਨ, ਉਹ ਚਲਾਕੀ ਨਹੀਂ, ਮੈਨੂੰ ਕਹਿੰਦਾ ਵੀਰ ਜੀ ਵੀ ਮੈਂ ਕੋਈ ਭੁੱਲ ਤੇ ਨਹੀਂ ਕਰ ਰਿਹਾ, ਆਖੋ ਸਤਨਾ, ਮੈਂ ਕੋਈ ਗਲਤੀ ਤੇ ਨਹੀਂ ਕਰ ਰਿਹਾ ਵੀ ਇਤਨਾ ਦੇਹਰਾਦੂਨ ਬੈਠੇ ਆ 5 ਤਖਤਾਂ ਦੀ, ਕਹਿੰਦਾ ਮੈਂ ਕੀ ਕਰਾਂ, ਮੈਂ ਦੁਖੀ ਸਾਂ, ਮਨ ਵਿੱਚੋਂ ਨਿਕਲ ਜਾਂਦਾ ਸੀ ਕਦੀ ਚੈੱਕ ਤੇ ਕਦੀ ਦੁਕਾਨਾਂ ਦੇ ਤੇ ਕਦੀ ਕਿਤੇ, ਕਹਿੰਦਾ ਇਹਦੇ ਨਾਲ ਉਧਰ ਜਾਂਦਾ ਹੀ ਨਹੀਂ, ਤੇ ਆਪਣਾ ਸੁਰਤੀ ਨਾਲ ਆ ਸਾਰੇ ਤਖਤਾਂ ਸਾਹਿਬ ਤੇ ਯਾਤਰਾ ਕਰਕੇ ਆਉਂਦਾ। ਕਹਿੰਦਾ ਵੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਕੀਰਤਨ ਕਰਦੇ ਹੋ, ਮੈਂ ਗਲਤ ਤੇ ਨਹੀਂ ਕਰ ਰਿਹਾ, ਯਕੀਨ ਜਾਣਿਓ। ਦਾਸ ਨੇ ਕਿਹਾ, ਮੈਂ ਕਿਹਾ ਗੱਡੀ ਰੋਕੋ, ਉਹਨੇ ਵਿਚਾਰੇ ਨੇ ਰੋਕਤੀ, ਮੈਂ ਕਿਹਾ ਆ ਚਾਬੀ ਲਾ ਕੇ ਇਹਨੂੰ ਬੰਦ ਕਰੋ, ਉਹਨੇ ਬੰਦ ਕਰਤੀ, ਜਦੋਂ ਉਹਨੇ ਗੱਡੀ ਰੋਕ ਵੀ ਲਈ ਤੇ ਬੰਦ ਵੀ ਕਰਤੀ ਨਾ, ਯਕੀਨ ਜਾਣਿਓ ਗੱਡੀ ਰੁਕਵਾ ਕੇ ਨਾ, ਮੈਂ ਡਰਾਈਵਰ ਸੀਟ ਨਾਲ ਬੈਠਾ ਚਲਾ ਹੋ ਰਿਹਾ, ਮੈਂ ਕਿਹਾ ਮੈਂ ਅੰਦਰੋਂ ਕਹਿੰਦਾ ਮੈਨੂੰ ਦੱਸੋ ਤੁਹਾਡੇ ਚਰਨ ਕਿੱਥੇ ਨੇ, ਮੈਂ ਕਿਹਾ ਮੈਨੂੰ ਦਾਸ ਨੂੰ ਆਪਣੇ ਚਰਨਾਂ ਨੂੰ ਹੱਥ ਲਾ ਲੈਣ ਦੇ, ਮੈਂ ਉਹਦੇ ਪੈਰ ਫੜ ਲਏ ਜੀ ਗੱਡੀ ਰੋਕ ਕੇ। ਕਹਿੰਦਾ ਆ ਕੀ ਕਰ ਰਹੇ ਤੁਸੀਂ, ਆ ਕੀ? ਮੈਂ ਕਿਹਾ ਅੱਜ ਜਿਹੜੀ ਤੁਸੀਂ ਗੱਲ ਸੁਣਾਈ ਹੈ ਨਾ, ਮੈਂ ਕਿਹਾ ਇਹਨੂੰ ਸੁਣ ਕੇ ਮੈਨੂੰ ਇੰਜ ਮਹਿਸੂਸ ਹੋਇਆ ਕਿ ਤੁਸੀਂ ਮੈਨੂੰ ਪੁੱਛਿਆ ਨਹੀਂ, ਗੁਰੂ ਗੋਬਿੰਦ ਸਿੰਘ ਨੇ ਵਿਧ ਬਣਾਈ ਏ, ਅੱਜ ਤੁਸੀਂ ਮੇਰੀ ਝੋਲੀ ਚ ਕੁਝ ਪਾ ਦਿੱਤਾ ਕਿ ਜਿਹਦਾ ਮਨ ਨਾ ਜੁੜੇ ਇਸ ਤਰ੍ਹਾਂ ਦਾ ਵੀ ਢੰਗ ਵਰਤ ਕੇ ਮਨ ਨੂੰ ਜੋੜ ਲਵੇ, ਉਹਦੀ ਹਾਜ਼ਰੀ ਦਰਗਾਹ ਵਿੱਚ 5 ਤਖਤਾਂ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਚ ਲੱਗੇਗੀ। ਇਸ਼ਾਰਾ ਲਿਓ ਸੰਤ ਅਤਰ ਸਿੰਘ ਜੀ ਨੇ, ਤੁਸੀਂ ਸ਼ਾਇਦ ਕਿਤਾਬਾਂ ਚ ਬਚਨ ਪੜ੍ਹਿਓ, ਜਿਹਦੇ ਤੇ ਬਹੁਤ ਖੁਸ਼ ਹੋਣ ਨਾ ਉਹਨੂੰ ਨਾ ਲਾਲ ਪੈਨਸਲ ਨਾਲ ਨਾ ਵਾਹਿਗੁਰੂ ਲਿਖ ਕੇ ਨਾ ਵੱਡੇ ਸਾਰੇ ਚਾਰਟ ਤੇ ਉਹ ਦੇ ਦੇਣਾ, ਚਾਰਟ ਤੇ ਵਾਹਿਗੁਰੂ ਲਿਖ ਕੇ ਦੇ ਦੇਣਾ, ਆਪਣੇ ਕਮਰੇ ਚ ਲਾ ਦੀ, ਇਹਨੂੰ ਵੇਖ ਕੇ ਇਹਦੇ ਹੱਲ ਤੇ ਵਾਹਿਗੁਰੂ 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 ਜਪੀ। ਅਸੀਂ ਵੀ ਸੋਚਦੇ ਸਾਂ ਵੀ ਕਈਆਂ ਨੇ ਸੋਚਣਾ ਵੀ ਮਹਾਂਪੁਰਸ਼ ਆ ਚਾਰਟ ਤੇ ਲਿਖ ਕੇ ਕਿਉਂ ਦੇ ਤਾ ਮੈਨੂੰ ਲਾ ਕੇ, ਤੇ ਕਿਸੇ ਪੁੱਛ ਲਿਆ ਸੰਤ ਅਤਰ ਸਿੰਘ ਜੀ ਵੀ ਇਹ ਕਿਉਂ, ਤੇ ਕਹਿਣ ਲੱਗੇ ਮਨ ਦੇ ਦੋ ਭਾਗ ਹੁੰਦੇ ਐ, ਮਨ ਦੇ ਦੋ ਭਾਗ ਹੁੰਦੇ, ਕਈ ਵਾਰੀ ਮਨ ਦਾ ਇੱਕ ਭਾਗ ਗੁਰੂ ਕੋਲ ਬੈਠਾ ਹੁੰਦਾ ਤੇ ਦੂਜਾ ਭਾਗ ਗੰਦ ਖਾ ਰਿਹਾ ਹੁੰਦਾ। ਸੰਤ ਅਤਰ ਸਿੰਘ ਕਹਿਣਾ ਮਨ ਦਾ ਇੱਕ ਭਾਗ ਕਈ ਵਾਰੀ ਗੁਟਕਾ ਸਾਹਿਬ ਲੈ ਕੇ ਬੈਠਾ ਪਰ ਦੂਜਾ ਮਨ ਗੰਦ ਖਾ ਰਿਹਾ, ਐ ਢੰਗ ਤਾਂ ਦਿੱਤਾ ਕਿ ਵਾਹਿਗੁਰੂ ਜਪਣ ਤੋਂ ਮਨ ਪਾਸੇ ਜਾਊ ਤੇ ਸਾਹਮਣੇ ਅੱਖਾਂ ਸਾਹਮਣੇ ਉਧਰ ਆਜੂ, ਉਧਰੋਂ ਜਾਊ ਤੇ ਇੱਧਰ ਆਜੂ, ਦੋਵੇਂ ਮਨ ਕੰਟਰੋਲ ਵਿੱਚ ਹੋਣ ਦਾ ਸਾਧਨ ਹੈ। ਆਖੋ ਸਤਨਾਮ, ਇਹ ਸੁਰਤੀ ਚ ਵੀ ਤਾਕਤ ਇਹ, ਜਿੰਨੀਆਂ ਸੰਗਤਾਂ ਬੈਠੀਆਂ ਜੇ ਗਿਆਨੀ ਸਰੂਪ ਸਿੰਘ ਅਲੱਗ ਦੀਆਂ ਕਿਤਾਬਾਂ ਪੜ੍ਹੋ, ਉਹਨਾਂ ਨੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੇ ਸਾਰੇ ਸਤਸੰਗ ਐਕਸਪੀਰੀਅੰਸ ਲਿਖੇ ਨੇ ਕਿ ਕਿੰਨੀਆਂ ਕਿੰਨੀਆਂ ਰੂਹਾਂ ਬਾਹਰਲੇ ਮੁਲਕਾਂ ਚ ਚੌਂਕੜਾਂ ਮਾਰ ਕੇ ਤੇ ਧੰਨ ਗੁਰੂ ਰਾਮਦਾਸ ਦੇ ਦਰ ਤੇ ਬਿਰਤੀ ਲੈ ਜਾਂਦੀਆਂ ਸੀ ਤੇ ਕਿਵੇਂ ਉਹਨਾਂ ਦੀ ਅਵਸਥਾ ਬਣ ਗਈ, ਬਾਹਰ ਬੈਠਿਆਂ ਵੀ ਦੱਸ ਦਿੰਦੇ ਸੀ ਦਰਬਾਰ ਸਾਹਿਬ ਸ਼ਬਦ ਕਿਹੜਾ ਲੱਗਾ ਹੋਇਆ, ਗੱਜ ਕੇ ਕਹਿ ਦਿਓ ਸਤਨਾਮ। ਔਰ ਮੈਂ ਇਤਿਹਾਸ ਪੜ੍ਹਿਆ, ਭਾਈ ਭਾਨਾ ਜੀ 6ਵੇਂ ਪਾਤਸ਼ਾਹ ਦੇ ਸਿੱਖ, ਭਾਈ ਭਾਨਾ ਜੀ ਇਲਾਹਾਬਾਦ ਰਹਿੰਦੇ ਸੀ, ਇਲਾਹਾਬਾਦ ਪ੍ਰਯਾਗ ਤੀਰਥ ਇਲਾਹਾਬਾਦ, ਔਰ ਤੁਸੀਂ ਹੈਰਾਨ ਹੋਵੋਗੇ, ਕਿਰਤ ਕਰਦੇ ਸੀ ਤੇ ਜਦੋਂ ਵੇਲ ਮਿਲਣੀ ਤੇ ਜਮਨਾ, ਇਲਾਹਾਬਾਦ ਹੀ ਜਮਨਾ, ਜਮਨਾ ਦੇ ਕਿਨਾਰੇ ਵਾਹਿਗੁਰੂ ਵਾਹਿਗੁਰੂ ਜਪਣਾ, ਔਰ ਭਾਈ ਵੀਰ ਸਿੰਘ ਤੇ ਹੋਰ ਰਾਈਟਰਾਂ ਨੇ ਉਹਨਾਂ ਦੀ ਅਵਸਥਾ ਲਿਖੀ ਹੈ ਕਿ ਭਾਈ ਭਾਨਾ ਜੀ ਇਲਾਹਾਬਾਦ ਵਿੱਚ ਜਦੋਂ ਵੀ ਜਮਨਾ ਦੇ ਕਿਨਾਰੇ ਵਾਹਿਗੁਰੂ ਵਾਹਿਗੁਰੂ ਜਪਦੇ ਸੀ ਤੇ ਸਰੀਰ ਜਮਨਾ ਕਿਨਾਰੇ ਹੁੰਦਾ ਸੀ ਤੇ ਬਿਰਤੀ ਅੰਮ੍ਰਿਤਸਰ ਦਰਬਾਰ ਸਾਹਿਬ ਸੁਰਤੀ ਲੈ ਜਾਂਦੇ ਸੀ,
ਧਿਆਨ ਉੱਥੇ ਲੈ ਜਾਂਦੇ ਸੀ ਤੇ ਦਰਗਾਹੀ ਹਾਜ਼ਰੀ ਬਣਾ ਲੈਂਦੇ ਸੀ। ਗੱਜ ਕੇ ਆਖੋ ਸਤਨਾਮ। ਇਹ ਸੁਰਤੀ ਦੀ ਹਾਜ਼ਰੀ, ਇਹ ਕੁਦਰਤੀ, ਮੈਂ ਆਪ ਜੀ ਨਾਲ ਸਾਂਝ ਹੋ ਗਈ ਹੈ, ਅਜੇ ਸਾਖੀ ਆਰੰਭ ਨਹੀਂ ਹੋਈ ਤੇ ਤੁਸੀਂ ਸ਼ਬਦ ਹੀ ਮੈਂ ਇੱਕੋ ਹੀ ਲਾਇਆ, ਦੂਜਾ ਤਾਂ ਨਹੀਂ ਲਾਇਆ ਕਿਉਂਕਿ ਹੁਣ ਮੈਂ ਲਖਨਊ ਦਾ ਭੇਤੀ ਹੋ ਗਿਆ ਕਿ 10:30 ਤੁਸੀਂ ਉੱਠਣਾ ਸ਼ੁਰੂ ਕਰ ਦਿੰਦੇ ਹੋ, ਇਸ ਕਰਕੇ ਆਪਾਂ 10:30 ਦੇ ਕਰੀਬ ਹੀ ਭੋਗ ਪਾ ਦਿਆਂਗੇ, ਪਰ ਤੁਸੀਂ ਟਿਕਾਓ ਬਣਾਈ ਰੱਖਿਓ। ਅਤੇ ਦਾਸ ਦੀ ਬੇਨਤੀ ਹੈ ਕਿ ਅੱਜ ਦਿਲ ਕਰਦਾ ਲਖਨਊ ਬੈਠਿਆਂ ਬੈਠਿਆਂ ਅਤੇ ਸੁਰਤੀ ਨਾਲ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਯਾਤਰਾ ਕਰਕੇ ਆਈਏ। ਇੱਕ ਵਾਰੀ ਲੈ ਜਾਓ ਜੀ ਫਿਰ ਸੁਰਤੀ, ਆ ਵੇਖੋ ਇਹ ਦੋਵਾਂ ਮਨਾਂ ਨੂੰ ਕੰਟਰੋਲ ਕਰਨ ਦਾ ਰਾਹ ਹੈ। ਗੱਜ ਕੇ ਆਖੋ ਸਤਨਾਮ। ਇਹ ਤੁਹਾਡੇ 'ਚੋਂ ਵੀ ਕਿਸੇ ਦਾ ਮਨ ਨਾ ਜੁੜਦਾ ਹੋਵੇ, ਕੋਈ ਪਤਾ ਨਹੀਂ ਗੁਣ ਕਿੱਥੋਂ ਮਿਲ ਜੇ। ਮੈਂ ਕਹਿੰਦਾ ਉਹ ਮੈਨੂੰ ਉਹਨੇ ਡੇਰਾਦੂਨ ਨੇ ਗੱਲ ਸੁਣਾਈ ਅਤੇ ਮੈਂ ਕਿਹਾ ਗੁਰਗਬਾਲ ਸਿਆਂ, ਗੁਰੂ ਨਾਨਕ ਨੇ ਤੇਰਾ ਨਾਂ ਸਾਡਾ ਨਾਂ ਸਿੱਖ ਰੱਖਿਆ। ਸਿੱਖ ਦਾ ਕੀ ਮਤਲਬ ਹੈ? ਕੋਈ ਪਤਾ ਨਹੀਂ ਦੂਜੇ ਦੇ ਘਰ ਰੁਕਿਆ, ਉਹ ਤੇਰੇ ਤੋਂ ਹੀ ਵੱਡਾ ਗੁਣਵਾਨ ਹੋਵੇ। ਸਿੱਖ ਭਾਵੇਂ ਕਥਾ ਵਾਚਕ ਹੋਵੇ, ਭਾਵੇਂ ਕੀਰਤਨੀਆਂ ਹੋਵੇ, ਉਹਨੇ ਖੀਰਲੇ ਸਵਾਸ ਤੱਕ ਜਿੱਥੋਂ ਗੁਣ ਮਿਲੇ ਸਿੱਖਣਾ ਹੀ ਹੈ। ਮੈਂ ਉਹਨੂੰ ਉਹਦੇ ਪੈਰ ਫੜ ਲਏ ਜੀ, ਮੈਂ ਡੇਰਾਦੂਨ ਵਾਲੇ ਦੇ ਮੈਂ ਪੈਰ ਫੜ ਲਏ। ਮੈਂ ਕਿਹਾ ਤੁਸੀਂ ਤਾਂ ਅੱਜ ਮੇਰੀ ਝੋਲੀ 'ਚ ਕੋਈ ਪਾ ਦਿੱਤਾ ਕਿ ਇੱਕ ਡੇਰਾਦੂਨ ਬੈਠੇ ਹਾਂ, ਤੁਹਾਡਾ ਵਾਹਿਗੁਰੂ ਵੀ ਚੱਲ ਰਿਹਾ, ਮੇਰੇ ਦਾਤੇ ਦੇ ਐਡੇ ਵੱਡੇ ਅਸਥਾਨ ਪੰਜਾਂ ਤਖਤਾਂ ਦੀ ਤੁਹਾਡੀ ਹਾਜ਼ਰੀ, ਡੇਰਾਦੂਨ ਬੈਠਿਆਂ ਲੱਗ ਰਹੀ, ਅੱਜ ਤਾਂ ਤੁਸੀਂ ਮੇਰੀ ਝੋਲੀ 'ਚ ਕੁਝ ਪਾ ਤਾ। ਗੱਜ ਕੇ ਆਖੋ ਸਤਨਾਮ। ਜਿੱਥੇ ਜਾਏ ਬਹੇ ਮੇਰਾ ਉਹ ਜਿੱਥੇ ਸੁਹਾਵਾ ਰਾਮ ਰਾਜੇ, ਹਾਂ ਸੁਹਾਵਾ ਰਾਮ ਰਾਜੇ, ਹਾਂ ਸੁਹਾਵਾ ਰਾਮ ਰਾਜੇ, ਤਹੀਂ ਪ੍ਰਕਾਸ਼ ਹਮਾਰਾ ਭਇਓ, ਤਹੀਂ ਪ੍ਰਕਾਸ਼ ਹਮਾਰਾ, ਕਹਿਣਾ ਬੋਲੋ ਤਹੀਂ ਪਟਨਾ ਸ਼ਹਿਰ ਵਿਖੇ ਭਾਵ ਲਿਓ, ਪਟਨਾ ਸ਼ਹਿਰ ਵਿਖੇ ਕਹਿਣਾ ਬੋਲੋ, ਉਹ ਜਿੱਥੇ ਜਾਏ ਬਹੇ ਮੇਰਾ ਸਤਿਗੁਰ, ਸਤਿਗੁਰੂ ਸਤਿਗੁਰੂ